नमस्कार, सत श्री अकाल। मैं एस्ट्रोलॉजर मनीषा कौशिक थोड़ा सारिआं दा ज्योतिष दे सब तो खास ते पॉपुलर शो तुहाडे सितारे पीटीसी दे उत्ते तहे दिलों स्वागत करदी हां। अपने मेंटोर, अपने गाइड, अपने फादर एस्ट्रोलॉजर डॉक्टर प्रेम कुमार शर्मा जी दी गाइडेंस नाल मैं डिस्कस करूंगी दिन दा पंचांग ते राशिफल। सब तो पहला अज दा पंचांग। अज 15 फरवरी 2023 ते दिन है बुधवार यानी वेंसडे। कृष्ण पक्ष नवमी तिथि रहेगी सवेर के 7:37 तक। उस तो बाद जरा है और दशमी तिथि शुरू हो जाएगी। आज गंडमूल जरूर रहेंगे पर पंचक का कोई योग नहीं नजर आ रहा। राग गल करिए राहु काल की, दोपहर के 12:34 तो लैके दोपहर के 1:58 तक का समा जरा है राहु काल का है। एक होर इनऑस्पिशियस टाइम जिन्हों की यमगंधम काल कहते हैं वह रहेगा सवेर के 8:23 तो लैके सवेर के 9:46 तक। ਇਹ ਹੁਣ ਦੋਵੇਂ ਟਾਈਮ ਦੇ ਵਿੱਚ ਜੇ ਕੋਈ ਜ਼ਰੂਰੀ ਕੰਮ ਕਰਨਾ ਹੈ, ਕੋਈ ਇੰਪੋਰਟੈਂਟ ਡਿਸੀਜਨ ਲੈਣਾ ਹੈ ਤਾਂ ਯੂਜੁਅਲੀ ਅਵੋਇਡ ਕਰ ਦਿੱਤਾ ਚਾਹੀਦਾ ਹੈ। ਪਰ ਜੇ ਹੁਣ ਅੱਜ ਕੋਈ ਜ਼ਰੂਰੀ ਕੰਮ ਕਰਨਾ ਹੈ ਤਾਂ ਸਭ ਤੋਂ ਸ਼ੁਭ ਸਮਾਂ ਵੀ ਦੱਸ ਰਹੀ ਹਾਂ, ਉਹ ਵੀ ਜ਼ਰੂਰ ਨੋਟ ਕਰਨਾ ਹੈ। ਜਿਹੜਾ ਕਿ ਸਭ ਤੋਂ ਸ਼ੁਭ ਸਮਾਂ ਹੈ ਉਹ ਅੱਜ ਰਹੇਗਾ ਸਵੇਰ ਦੇ 11:16 ਤੋਂ ਲੈ ਕੇ ਦੁਪਹਿਰ ਦੇ 12:33 ਤੱਕ। ਹੁਣ ਗੱਲ ਕਰਾਂਗੇ ਰਾਸ਼ੀਫਲ ਦੀ। ਏਰੀਜ਼ ਯਾਨੀ ਮੇਸ਼ ਰਾਸ਼ੀ ਵਾਲਿਆਂ ਵਾਸਤੇ ਫਾਈਨੈਂਸ਼ੀਅਲੀ ਦਿਨ ਅੱਜ ਵਧੀਆ ਨਜ਼ਰ ਆ ਰਹੇ ਹੈ। ਤੁਹਾਡੀ ਪ੍ਰੋਡਕਟੀਵਿਟੀ ਵੀ ਵਧੇਗੀ, ਤੁਸੀਂ ਆਪਣੇ ਟਾਈਮ ਦਾ ਸਹੀ ਇਸਤੇਮਾਲ ਕਰ ਪਾਓਗੇ। ਫੈਮਿਲੀ 'ਚ ਓਵਰਆਲ ਸਭ ਠੀਕ ਨਜ਼ਰ ਆ ਰਿਹਾ, ਪਿਆਰ ਅਤੇ ਸਪੋਰਟ ਤੁਹਾਨੂੰ ਜ਼ਰੂਰ ਮਿਲੇਗਾ। ਐਕਸਰਸਾਈਜ਼ ਜਿਹੜੀ ਹੈ ਹੁਣ ਉਹ ਗੇਮ ਚੇਂਜਰ ਹੋ ਸਕਦੀ ਹੈ। ਯਾਨੀ ਕਿ ਜੇ ਤੁਸੀਂ ਹਾਲ ਤਾਂ ਐਕਸਰਸਾਈਜ਼ ਕਰਨਾ ਨਹੀਂ ਸ਼ੁਰੂ ਕੀਤਾ ਤਾਂ ਉਹਨੇ ਐਕਸਰਸਾਈਜ਼ ਕਰਨ ਨਾਲ ਜਿਹੜੇ ਕਿ ਹੈਲਥ ਦੇ ਬੈਨੀਫਿਟਸ ਦਾ ਤੁਹਾਨੂੰ ਅਹਿਸਾਸ ਹੋਏਗਾ, ਉਹ ਸ਼ਾਇਦ ਤੁਸੀਂ ਕਾਫੀ ਲੰਬੇ ਟਾਈਮ ਤੋਂ ਤੁਸੀਂ ਨਹੀਂ ਰਿਅਲਾਈਜ਼ ਕੀਤਾ ਹੋਣਾ। ਤੁਹਾਡੇ ਵਾਸਤੇ ਅੱਜ ਲੱਕੀ ਨੰਬਰ ਰਹੇਗਾ, ਅੱਜ ਲੱਕੀ ਕਲਰ ਰਹੇਗਾ ਗ੍ਰੀਨ, ਤਾਂ ਤੁਸੀਂ ਉਪਾਅ ਕੀ ਕਰਨਾ। ਕਿਸੇ ਵੀ ਧਰਮ ਸਥਲ 'ਤੇ ਜੇ ਪੀਲਾ ਕੱਦੂ ਅੱਜ ਦਾਨ ਦਿੱਤਾ ਜਾਵੇ ਤਾਂ ਦਿਨ ਕਾਫੀ ਸ਼ੁਭ ਰਹੇਗਾ। ਟੌਰਸ ਯਾਨੀ ਵ੍ਰਿਸ਼ਭ ਰਾਸ਼ੀ ਵਾਲਿਆਂ ਵਾਸਤੇ ਸਿਤਾਰੇ ਕਹਿੰਦੇ ਨੇ ਕਿ ਅੱਜ ਸ਼ੇਅਰ ਮਾਰਕੀਟ 'ਚ ਇਨਵੈਸਟ ਕਰਨਾ ਤੁਹਾਡੇ ਵਾਸਤੇ ਫਾਇਦੇਮੰਦ ਰਹੇਗਾ। ਪਰ ਫਿਰ ਵੀ ਜੇ ਕਿਸੇ ਫਾਈਨੈਂਸ਼ੀਅਲ ਐਕਸਪਰਟ ਦੀ ਸਲਾਹ ਲੈ ਕੇ ਅੱਗੇ ਵਧਿਆ ਜਾਵੇ ਤਾਂ ਰਿਟਰਨਸ ਜਿਹੜੇ ਨੇ ਜਾਂ ਪ੍ਰੋਫਿਟਸ ਜਿਹੜੇ ਨੇ ਉਹ ਮਲਟੀਪਲਾਈ ਹੋ ਸਕਦੇ ਨੇ। ਫੈਮਿਲੀ 'ਚ ਓਵਰਆਲ ਥੋੜ੍ਹੀ ਜਿਹੀ ਟੈਨਸ਼ਨ ਕਿਸੇ ਗੱਲ ਨੂੰ ਲੈ ਕੇ ਜ਼ਰੂਰ ਮਹਿਸੂਸ ਹੋ ਸਕਦੀ ਹੈ, ਬਟ ਤੁਹਾਡਾ ਪਿਆਰ, ਤੁਹਾਡਾ ਆਪਸੀ ਕਨੈਕਟ ਜਿਹੜਾ ਹੈ ਟੈਨਸ਼ਨ ਨੂੰ ਬਹੁਤ ਲੰਬੇ ਸਮੇਂ ਤੱਕ ਤੁਹਾਨੂੰ ਤੁਹਾਡੇ ਉੱਤੇ ਹਾਵੀ ਨਹੀਂ ਹੋਣ ਦੇਗਾ। ਟਰੈਵਲ ਪਲਾਨਿੰਗ ਬਿਨਾਂ ਕਿਸੇ ਪ੍ਰੋਬਲਮ ਤੋਂ ਪੂਰੀ ਹੋ ਸਕਦੀ ਹੈ। ਟਰੈਵਲ ਵਾਸਤੇ ਸਿਤਾਰੇ ਅੱਜ ਵਧੀਆ ਨਜ਼ਰ ਆ ਰਹੇ ਨੇ। ਜੇ ਕਿਤੇ ਪ੍ਰੋਪਰਟੀ ਤੁਸੀਂ ਵੇਚਣਾ ਚਾਹ ਰਹੇ ਸੀ ਤਾਂ ਚੰਗੇ ਦਾਮ 'ਤੇ ਹੁਣ ਉਹ ਵਿਕ ਸਕਦੀ ਹੈ। ਤੁਹਾਡੇ ਵਾਸਤੇ ਲੱਕੀ ਨੰਬਰ ਰਹੇਗਾ 22, ਲੱਕੀ ਕਲਰ ਰਹੇਗਾ ਡਾਰਕ ਗ੍ਰੇ। ਤੁਸੀਂ ਉਪਾਅ ਕੀ ਕਰਨਾ? ਅੱਜ ਇੱਕ ਤਾਂਬੇ ਦਾ ਸੁਰਾਖ ਵਾਲਾ ਪੈਸਾ ਤੁਸੀਂ ਸਾਰਾ ਦਿਨ ਆਪਣੇ ਕੋਲ ਰੱਖਣਾ, ਪਰਸ 'ਚ ਵੀ ਰੱਖ ਸਕਦੇ ਹੋ, ਪੋਕਿਟ 'ਚ ਵੀ ਰੱਖ ਸਕਦੇ ਹੋ। जमुना यानी मिथुन राशि वाले वास्ते कैसे तारे कहते हैं कि अज तुसी काफ़ी फ्रैश ते एनर्जेटिक महसूस करोगे। लाइफ पार्टनर तो कोई चंगी खबर तुहानू सुनन नू मिल सकती है। अज कुछ लोग जिहड़े है अपने डेली मोनोटोनस रूटीन तो एक छोटी जी ब्रेक भी प्लान कर सकते हैं। जो छुट्टियां अपलाई नहीं कीतियां तो तुहानू पहला कर लेनियां चाहीदियां। ऑफिस च जिहड़ा है कुछ कमां नू लै के चैलेंजेस तुहानू महसूस हो सकते हैं। कुछ काम जिहड़े है डेडलाइन ते पूरे ना होण दे कारण तुहाडे सीनियर्स भी तुहाडे कोलों नाराज़ हो सकते हैं। ਹੁਣ ਇੱਕ ਬੈਕਅਪ ਪਲਾਨ ਵੀ ਤਿਆਰ ਹੋਣਾ ਜ਼ਰੂਰੀ ਹੈ ਤਾਂ ਕਿ ਇਹ ਰਿਸ਼ਤੇ 'ਚ ਖਟਾਸ ਜਿਹੜੀ ਹੈ ਪ੍ਰੋਫੈਸ਼ਨਲ ਫਰੰਟ ਦੇ ਉੱਤੇ ਬਹੁਤ ਜ਼ਿਆਦਾ ਪਰੇਸ਼ਾਨ ਨਾ ਕਰੇ। ਤੁਹਾਡੇ ਵਾਸਤੇ ਲੱਕੀ ਨੰਬਰ ਰਹੇਗਾ 17, ਲੱਕੀ ਕਲਰ ਰਹੇਗਾ ਪਰਪਲ, ਅਤੇ ਤੁਸੀਂ ਉਪਾਅ ਕੀ ਕਰਨਾ? ਅੱਜ ਗਊ ਨੂੰ ਹਰਾ ਚਾਰਾ ਪਾਉਣਾ ਤੁਹਾਡੇ ਵਾਸਤੇ ਰਹੇਗਾ ਸਭ ਤੋਂ ਸ਼ੁਭ। ਕੈਂਸਰ ਯਾਨੀ ਕਰਕ ਰਾਸ਼ੀ ਵਾਲਿਆਂ ਵਾਸਤੇ ਸਿਤਾਰੇ ਕਹਿੰਦੇ ਨੇ ਕਿ ਆਫਿਸ 'ਚ ਅੱਜ ਕੰਮ ਥੋੜ੍ਹਾ ਜ਼ਿਆਦਾ ਰਹਿ ਸਕਦਾ ਹੈ ਕਿ ਜਿਹਦੇ ਕਾਰਨ ਤੁਹਾਨੂੰ ਓਵਰ ਟਾਈਮ ਕਰਨਾ ਪਵੇ। ਦਿਨ ਓਵਰਆਲ ਹੈਕਟਿਕ ਨਜ਼ਰ ਆ ਰਿਹਾ। ਫੈਮਿਲੀ ਨਾਲ ਓਵਰਆਲ ਤੁਹਾਨੂੰ ਸਪੋਰਟ ਮਿਲੇਗਾ। ਕੋਈ ਦੂਰ ਦੇ ਰਿਸ਼ਤੇਦਾਰ ਤੁਹਾਨੂੰ ਮਿਲਣ ਆ ਸਕਦੇ ਨੇ। ਕਿਸੇ ਫੈਮਿਲੀ ਮੈਂਬਰ ਦੀ ਹੈਲਪ ਨਾਲ ਹੀ ਤੁਹਾਡਾ ਕੋਈ ਉਲਝਿਆ ਹੋਇਆ ਕੰਮ ਵੀ ਹੁਣ ਸੁਲਝ ਸਕਦਾ। ਇਨਵੈਸਟਮੈਂਟ ਤੋਂ ਕੋਈ ਵੀ ਜੇ ਨੁਕਸਾਨ ਰੀਸੈਂਟਲੀ ਤੁਸੀਂ ਫੇਸ ਕੀਤਾ ਹੈ ਤਾਂ ਹੁਣ ਤੁਸੀਂ ਉਹਨੂੰ ਕਵਰ ਅਪ ਕਰਨ 'ਚ ਤੁਸੀਂ ਸਕਸ਼ਮ ਹੋਵੋਗੇ। ਅੱਜ ਆਪਣਾ ਧਿਆਨ ਜਿਹੜਾ ਹੈ ਥੋੜ੍ਹਾ ਜਿਹਾ ਮੈਡੀਟੇਸ਼ਨ ਜਾਂ ਸਪਿਰਚੁਅਲਿਟੀ ਹੋਰ ਵਧਾਉਣਾ ਚਾਹੀਦਾ ਹੈ। ਜਿੰਨੀ ਵੀ ਤੁਹਾਨੂੰ ਟੈਨਸ਼ਨ ਚੱਲ ਰਹੀ ਸੀ, ਫਰਸਟ੍ਰੇਸ਼ਨ ਚੱਲ ਰਹੀ ਸੀ, ਉਹਨੂੰ ਤੋਂ ਰਾਹਤ ਮਿਲਣੀ ਸ਼ੁਰੂ ਹੋ ਜਾਏਗੀ। ਤੁਹਾਡੇ ਵਾਸਤੇ ਅੱਜ ਲੱਕੀ ਨੰਬਰ ਰਹੇਗਾ 2, ਲੱਕੀ ਕਲਰ ਰਹੇਗਾ ਬੇਬੀ ਪਿੰਕ, ਅਤੇ ਤੁਸੀਂ ਉਪਾਅ ਕੀ ਕਰਨਾ? ਇੱਕ ਮੁੱਠੀ ਸੌਂਫ ਲੈਣੀ ਹੈ, ਲਾਲ ਕੱਪੜੇ 'ਚ ਉਹਨੂੰ ਬੰਨ ਲੈਣਾ ਅਤੇ ਆਪਣੇ ਗੱਦੇ ਦੇ ਥੱਲੇ ਸਿਰ ਵਾਲੇ ਪਾਸੇ ਤੁਸੀਂ ਅੱਜ ਰੱਖ ਕੇ ਉਹਨੂੰ ਸੌਣਾ। ਲੀਓ ਯਾਨੀ ਸਿੰਘ ਰਾਸ਼ੀ ਵਾਲਿਆਂ ਵਾਸਤੇ ਸਿਤਾਰੇ ਕਹਿੰਦੇ ਨੇ ਕਿ ਆਫਿਸ 'ਚ ਓਵਰਆਲ ਤੁਹਾਡੀ ਪ੍ਰੋਡਕਟੀਵਿਟੀ ਅੱਜ ਵਧੇਗੀ, ਇੰਪਰੂਵ ਹੋਏਗੀ। ਤੁਹਾਡੀ ਇਸੇ ਪ੍ਰੋਡਕਟੀਵਿਟੀ ਅਤੇ ਕ੍ਰੀਏਟਿਵਿਟੀ ਨੂੰ ਲੈ ਕੇ ਤੁਹਾਡੇ ਸੀਨੀਅਰ, ਤੁਹਾਡੇ ਬੋਸਿਸ ਤੁਹਾਡੀ ਤਾਰੀਫ ਵੀ ਕਰ ਸਕਦੇ ਨੇ। ਫੈਮਿਲੀ ਨੂੰ ਅੱਜ ਤੁਹਾਡੇ ਸਪੋਰਟ ਦੀ ਜ਼ਰੂਰਤ ਪੈ ਸਕਦੀ। ਅੱਜ ਤੋਂ ਪਹਿਲਾਂ ਉਹ ਤਾਂ ਤੁਹਾਨੂੰ ਸਪੋਰਟ ਕਰਦੇ ਹੀ ਹੈ, ਪਰ ਜੇ ਤੁਹਾਨੂੰ ਅੱਜ ਕਿਸੇ ਫੈਮਿਲੀ ਮੈਂਬਰ ਨਾਲ ਖੜੇ ਹੋਣ ਦੀ ਤੁਹਾਨੂੰ ਜ਼ਰੂਰਤ ਲੱਗਦੀ ਹੈ ਨਾ ਕਿ ਉਹਨਾਂ ਨੂੰ ਮੇਰੀ ਜ਼ਰੂਰਤ ਹੈਗੀ ਹੈ, ਤਾਂ ਅੱਜ ਤੁਹਾਨੂੰ ਜ਼ਰੂਰ ਖੜੇ ਹੋਣਾ ਚਾਹੀਦਾ। ਜੇ ਪ੍ਰੋਪਰਟੀ ਕੋਈ ਵੇਚਣਾ ਚਾਹ ਰਹੇ ਸੀ ਤਾਂ ਚੰਗੀ ਤੁਹਾਨੂੰ ਹੁਣ ਆਫਰ ਮਿਲ ਸਕਦੀ ਹੈ, ਪਰ ਫਿਰ ਵੀ ਜਿਹੜਾ ਬਾਇਰ ਹੈ ਉਹਦੀ ਬੈਕਗਰਾਊਂਡ ਵੈਰੀਫਿਕੇਸ਼ਨ ਕਰਾਉਣੀ ਜ਼ਰੂਰੀ ਹੋਏਗੀ ਬਿਆਨਾ ਫੜਨ ਤੋਂ ਪਹਿਲਾਂ।
ਆਪਣੇ ਬਜਟ ਨੂੰ ਜੇ ਤੁਸੀਂ ਪਲਾਨ ਕਰਕੇ ਚੱਲੋ ਤੇ ਫਾਈਨੈਂਸ਼ੀਅਲੀ ਜਿਹੜਾ ਸਥਿਤੀ ਹੈ ਤੁਹਾਡਾ ਫਾਈਨੈਂਸ਼ੀਅਲੀ ਦਿਨ ਜਿਹੜਾ ਹੈ ਸਟੇਬਲ ਨਜ਼ਰ ਆਏਗਾ। ਤੁਹਾਡੇ ਵਾਸਤੇ ਅੱਜ ਲੱਕੀ ਨੰਬਰ ਰਹੇਗਾ ਇੱਕ, ਲੱਕੀ ਕਲਰ ਰਹੇਗਾ ਯੈਲੋ। ਤੇ ਤੁਸੀਂ ਉਪਾਅ ਕੀ ਕਰਨਾ ਹੈ, ਕੋਸ਼ਿਸ਼ ਕਰਨੀ ਹੈ ਕਿ ਅੱਜ ਸਨਸੈਟ ਤੋਂ ਬਾਅਦ ਯਾਨੀ ਸੂਰਿਆਸਤ ਤੋਂ ਬਾਅਦ ਅੱਜ ਮਿਲਕ ਜਾਂ ਮਿਲਕ ਪ੍ਰੋਡਕਟ ਨਹੀਂ ਲੈਣੇ। ਵਰਗੋ ਯਾਨੀ ਕੰਨਿਆ ਰਾਸ਼ੀ ਵਾਲਿਆਂ ਵਾਸਤੇ ਸਿਤਾਰੇ ਕਹਿੰਦੇ ਨੇ ਕਿ ਆਪਣੇ ਮੂਡ ਸਵਿੰਗਸ ਨੂੰ ਆਪਣੀ ਵਰਕ ਲਾਈਫ ਵਿੱਚ ਇੰਟਰਪਟ ਨਹੀਂ ਕਰਨ ਦੇਣਾ, ਯਾਨੀ ਕਿ ਆਪਣੇ ਜਿਹੜੇ ਲੋਕਾਂ ਨਾਲ ਤੁਸੀਂ ਕੰਮ ਕਰਦੇ ਹੋ ਆਫਿਸ 'ਚ, ਉਹਨਾਂ ਨਾਲ ਆਪਣੀ ਬੋਲਚਾਲ ਜਿਹੜੀ ਹੈ ਠੀਕ ਰੱਖਣੀ ਹੈ। ਕੋਈ ਵੀ ਅਗਰੈਸ਼ਨ, ਕੋਈ ਵੀ ਚੀਜ਼ ਜੇ ਆਪਾਂ ਔਖੇ ਹੋ ਕੇ ਕਿਸੇ ਨੂੰ ਕਹਿ ਦਿੰਦੇ ਹਾਂ ਜਾਂ ਇੱਕਦਮ ਜੇ ਤੁਸੀਂ ਕਹਿ ਤਾ ਤਾਂ ਤੁਸੀਂ ਜੇ ਰਿਅਲਾਈਜ਼ ਕਰ ਲਿਆ ਤਾਂ ਉੱਥੇ ਹੀ ਸੋਰੀ ਫੀਲ ਕਰੋ ਤਾਂ ਕਿ ਤੁਹਾਡੇ ਰਿਲੇਸ਼ਨਸ਼ਿਪ ਉਹਨਾਂ ਨਾਲ ਨਾ ਖਰਾਬ ਹੋਣ। ਅੱਜ ਓਵਰਆਲ ਜਿਹੜੇ ਹੈ ਉਹ ਫੈਮਿਲੀ ਫਰੰਟ ਦੇ ਉੱਤੇ ਵੀ ਕੁਝ ਰਿਸ਼ਤੇ ਤੁਹਾਨੂੰ ਪਰੇਸ਼ਾਨ ਕਰ ਸਕਦੇ ਨੇ, ਖਾਸ ਕਰ ਜੁਆਇੰਟ ਫੈਮਿਲੀਜ਼ ਨਾਲ ਜਾਂ ਇਨ-ਲਾਜ਼ ਨਾਲ ਖਟਪਟ ਹੋਣ ਦੇ ਚਾਂਸਿਸ ਨਜ਼ਰ ਆ ਰਹੇ ਨੇ। ਉੱਥੇ ਵੀ ਆਪਣੀ ਵਾਣੀ ਨੂੰ ਥੋੜ੍ਹਾ ਜਿਹਾ ਮਿਠਾਸ ਉਹਦੇ 'ਚ ਲਿਆਉਣਾ ਜ਼ਰੂਰੀ ਹੋਏਗਾ। ਪ੍ਰੋਪਰਟੀ ਜੇ ਬਹੁਤ ਜ਼ਿਆਦਾ ਕੋਈ ਇੰਸੈਸਟਰਲ ਪ੍ਰੋਪਰਟੀ ਨੂੰ ਤੁਸੀਂ ਵੇਚਣਾ ਚਾਹੁੰਦੇ ਸੀ ਜਾਂ ਰੀਡੂ ਕਰਨਾ ਚਾਹੁੰਦੇ ਸੀ, ਉਹਦੇ 'ਚ ਰੈਨੋਵੇਸ਼ਨ ਪਲਾਨ ਕਰਨਾ ਚਾਹੁੰਦੇ ਸੀ, ਤਾਂ ਅੱਜ ਥੋੜ੍ਹਾ ਜਿਹਾ ਇੰਤਜ਼ਾਰ ਤੁਹਾਨੂੰ ਕਰਨਾ ਚਾਹੀਦਾ। ਪ੍ਰੋਪਰਟੀ ਫਰੰਟ ਵਾਸਤੇ ਸਿਤਾਰੇ ਤੁਹਾਡੇ ਬਹੁਤ ਜ਼ਿਆਦਾ ਤੁਹਾਨੂੰ ਫੇਵਰ ਕਰਦੇ ਹੋਏ ਨਹੀਂ ਨਜ਼ਰ ਆ ਰਹੇ। ਓਵਰਆਲ ਹੈਲਥ ਜਿਹੜੀ ਹੈ ਚੰਗੀ ਨਜ਼ਰ ਆ ਰਹੀ ਹੈ। ਤੁਸੀਂ ਆਪਣੀ ਹੈਲਥ ਕਿਸੇ ਹੋਰ ਨੂੰ ਵੀ ਤੁਸੀਂ ਹੁਣ ਹੈਲਥ ਅਤੇ ਫਿਟਨੈਸ ਟਿਪਸ ਨਾਲ ਮੈਂਟਰ ਕਰ ਸਕਦੇ ਹੋ। ਤੁਹਾਡੇ ਵਾਸਤੇ ਲੱਕੀ ਨੰਬਰ ਰਹੇਗਾ 2, ਲੱਕੀ ਕਲਰ ਰਹੇਗਾ ਵਾਈਟ। ਅਤੇ ਤੁਸੀਂ ਉਪਾਅ ਕੀ ਕਰਨਾ, 10 ਸਾਲ ਤੋਂ ਛੋਟੀ ਕੰਜਕ ਨੂੰ ਚੋਕਲੇਟਸ ਦੇ ਕੇ ਪੈਰ ਛੂ ਕੇ ਆਸ਼ੀਰਵਾਦ ਆ ਜ਼ਰੂਰ ਲੈਣਾ। ਲਿਬਰਾ ਯਾਨੀ ਤੁਲਾ ਰਾਸ਼ੀ ਵਾਲਿਆਂ ਵਾਸਤੇ ਪ੍ਰੋਫੈਸ਼ਨਲੀ ਤਾਂ ਦਿਨ ਅੱਜ ਕਾਫੀ ਪੋਜ਼ਿਟਿਵ ਨਜ਼ਰ ਆ ਰਿਹਾ। ਕੋਈ ਪਿੰਡ ਤੁਹਾਡੇ ਕੰਮ ਪੈਂਡਿੰਗ ਚੱਲ ਰਹੇ ਸੀ ਉਹ ਪੂਰੇ ਹੋ ਸਕਦੇ ਨੇ, ਨਵੇਂ ਪ੍ਰੋਜੈਕਟਸ ਤੁਹਾਨੂੰ ਮਿਲ ਸਕਦੇ ਨੇ, ਜਿਹੜੇ ਲੋਕ ਕਲਾਇੰਟ ਰੋਲ 'ਤੇ ਕੰਮ ਕਰ ਰਹੇ ਨੇ ਉਹਨਾਂ ਨੂੰ ਵੀ ਅਪਰੀਸੀਏਸ਼ਨ ਮਿਲ ਸਕਦੀ ਹੈ। ਅੱਜ ਓਵਰਆਲ ਫੈਮਿਲੀ ਫਰੰਟ 'ਤੇ ਵੀ ਚੀਜ਼ਾਂ ਸਟੇਬਲ ਨਜ਼ਰ ਆ ਰਹੀਆਂ, ਕੋਈ ਪ੍ਰੋਬਲਮ ਨਜ਼ਰ ਨਹੀਂ ਆ ਰਹੀ। ਜਿੰਨਾ ਤੁਸੀਂ ਆਪਣੇ ਬਜਟ ਦੇ ਅਕੋਰਡਿੰਗਲੀ ਚੱਲੋਗੇ ਅਤੇ ਆਪਣੀ ਸੇਵਿੰਗਸ 'ਚ ਤੁਸੀਂ ਇੰਕਰੀਮੈਂਟ ਦੇਖੋਗੇ, ਉਨਾ ਹੀ ਮਨ ਤੁਹਾਡਾ ਖੁਸ਼ ਖੁਸ਼ ਜਾਂ ਕਿਹਾ ਉਹ ਬਾਗੋ ਬਾਗ ਜਿਹੜਾ ਹੈ ਰਹਿ ਸਕਦਾ। ਅੱਜ ਤੁਹਾਡੇ ਵਾਸਤੇ ਲੱਕੀ ਨੰਬਰ ਰਹੇਗਾ 1, ਲੱਕੀ ਕਲਰ ਰਹੇਗਾ ਰੈੱਡ। ਅਤੇ ਤੁਸੀਂ ਉਪਾਅ ਕੀ ਕਰਨਾ, ਕੋਸ਼ਿਸ਼ ਕਰਨਾ ਕਿ ਦਿਨ ਦੇ ਇੱਕ ਟਾਈਮ ਦਾ ਖਾਣਾ, ਘੱਟੋ ਘੱਟ ਇੱਕ ਟਾਈਮ ਦਾ ਖਾਣਾ ਜਿਹੜਾ ਹੈ ਉਹ ਸਿਰ ਢੱਕ ਕੇ ਜ਼ਰੂਰ ਖਾਣਾ। ਸਕੋਰਪੀਓ ਯਾਨੀ ਵਿਸ਼ਚਿਕ ਰਾਸ਼ੀ ਵਾਲਿਆਂ ਵਾਸਤੇ ਸਿਤਾਰੇ ਕਹਿੰਦੇ ਨੇ ਕਿ ਤੁਸੀਂ ਅੱਜ ਆਪਣਾ ਫਾਈਨੈਂਸ਼ੀਅਲ ਫਰੀਡਮ ਇੰਜੋਏ ਕਰ ਸਕਦੇ ਹੋ, ਕੋਈ ਨਵੀਂ ਲਗਜ਼ਰੀ ਆਈਟਮ ਖਰੀਦਣ ਦੇ ਬਾਰੇ ਸੋਚ ਸਕਦੇ ਹੋ, ਕੁਛ ਆਲਰੇਡੀ ਬੁੱਕ ਕੀਤਾ ਸੀ ਅਤੇ ਉਹਦੀ ਡਿਲੀਵਰੀ ਵੀ ਅੱਜ ਮਿਲ ਸਕਦੀ ਹੈ। ਕੰਮ ਆਪਣੇ ਕੰਮ ਨੂੰ ਲੈ ਕੇ ਤੁਸੀਂ ਸਟੇਬਲ ਜਿਹੜਾ ਹੈ ਪ੍ਰੋਫੈਸ਼ਨਲੀ ਤਾਂ ਮਹਿਸੂਸ ਕਰੋਗੇ ਹੀ ਕਰੋਗੇ, ਪਰ ਐਡਵਾਂਸ ਕਰੀਅਰ 'ਚ ਹੋਰ ਐਡਵਾਂਸ ਅੱਗੇ ਕਰਨ ਵਾਸਤੇ ਜਾਂ ਕਰੀਅਰ ਗਰੋਥ ਵਾਸਤੇ ਵੀ ਤੁਸੀਂ ਕਿਸੇ ਨਾਲ ਹੁਣ ਗੱਲਬਾਤ ਕਰਨੀ ਸ਼ੁਰੂ ਕਰ ਸਕਦੇ ਹੋ। ਆਪਣੇ ਜੇ ਟਰੈਵਲ ਨੂੰ ਆਪਣੇ ਰੈਗੂਲਰ ਰੂਟੀਨ ਨੂੰ ਛੱਡ ਕੇ, ਰੈਗੂਲਰ ਰੂਟ ਨੂੰ ਛੱਡ ਕੇ ਜੇ ਅੱਜ ਥੋੜ੍ਹਾ ਜਿਹਾ ਐਕਸਪੈਰੀਮੈਂਟਲ ਵੀ ਹੋਇਆ ਜਾਵੇ ਤਾਂ ਤੁਹਾਡੇ ਵਾਸਤੇ ਇਹ ਵੀ ਫਾਇਦੇਮੰਦ ਰਹੇਗਾ। ਅਤੇ ਨਾਲ ਜਿਹੜਾ ਹੈ ਇੱਕ ਹੈਲਦੀ ਡਾਇਟ ਜਾਂ ਹੈਲਦੀ ਰੂਟੀਨ ਨੂੰ ਅਪਣਾਉਣਾ ਵੀ ਅੱਜ ਜ਼ਰੂਰੀ ਹੋਏਗਾ। ਤੁਹਾਡੇ ਵਾਸਤੇ ਲੱਕੀ ਨੰਬਰ ਅੱਜ ਰਹੇਗਾ 7, ਲੱਕੀ ਕਲਰ ਰਹੇਗਾ ਮਜੈਂਟਾ। ਅਤੇ ਤੁਸੀਂ ਉਪਾਅ ਕੀ ਕਰਨਾ, ਪਕਸ਼ੀਆਂ ਨੂੰ ਅੱਜ ਇੱਕ ਮੁੱਠੀ ਬਾਜਰਾ ਜ਼ਰੂਰ ਪਾਉਣਾ। ਸੈਜੀਟੇਰੀਅਸ ਯਾਨੀ ਧਨੂ ਰਾਸ਼ੀ ਵਾਲਿਆਂ ਵਾਸਤੇ ਅੱਜ ਫੈਮਿਲੀ ਫਰੰਟ 'ਤੇ ਵਧੀਆ ਦਿਨ ਨਜ਼ਰ ਆ ਰਿਹਾ, ਪਰ ਆਪਣੀ ਬੋਂਡਿੰਗ ਨੂੰ ਹੋਰ ਮਜ਼ਬੂਤ ਕਰਨ ਵਾਸਤੇ ਉਹਨਾਂ ਨਾਲ ਟਾਈਮ ਸਪੈਂਡ ਸਿਰਫ ਕਰਨਾ ਜ਼ਰੂਰੀ ਨਹੀਂ, ਕੁਆਲਿਟੀ ਟਾਈਮ ਸਪੈਂਡ ਕਰਨਾ ਜ਼ਰੂਰੀ ਹੈ। ਇਸ ਕਰਕੇ ਜਦੋਂ ਵੀ ਜਿੰਨਾ ਵੀ ਟਾਈਮ ਤੁਸੀਂ ਉਹਨਾਂ ਨਾਲ ਬੈਠੇ ਹੋ, ਆਪਣੇ ਫੋਨ ਨੂੰ ਸਾਇਲੈਂਟ ਕਰਕੇ ਇੱਕ ਪਾਸੇ ਰੱਖ ਦਿਉ। ਅੱਜ ਜਿਹੜਾ ਹੈ ਕਈ ਲੋਕ ਆਪਣੇ ਆਫਿਸ ਤੋਂ ਬ੍ਰੇਕ ਲੈ ਕੇ ਵੀ ਕਿਤੇ ਘੁੰਮਣ ਜਾਣ ਦਾ ਪ੍ਰੋਗਰਾਮ ਬਣਾ ਸਕਦੇ ਨੇ। ਪ੍ਰੋਪਰਟੀ ਫਰੰਟ ਦੇ ਉੱਤੇ ਜਲਦਬਾਜ਼ੀ ਕਰਨਾ ਨੁਕਸਾਨਦੇਹ ਸਾਬਿਤ ਹੋ ਸਕਦਾ ਹੈ। ਇਸ ਕਰਕੇ ਜੇ ਕੋਈ ਚੀਜ਼ ਤੁਹਾਡੀ ਨਹੀਂ ਵਿਕਰੀ ਸੀ, ਕੋਈ ਸਾਹਮਣੇ ਤੁਹਾਨੂੰ ਇੱਕ ਬਾਇਰ ਨਜ਼ਰ ਆਇਆ ਹੈ, ਤਾਂ ਇਹ ਨਹੀਂ ਕਿ ਇੱਕਦਮ ਬਿਨਾਂ ਉਹਦੀ ਵੈਰੀਫਿਕੇਸ਼ਨ ਕਰਾਏ ਤੁਸੀਂ ਆਪਣੀ ਪ੍ਰੋਪਰਟੀ ਜਿਹੜਾ ਹੈ ਕੋਈ ਬਿਆਨ ਨਾ ਕਰ ਲਓ, ਬਲਕਿ ਥੋੜ੍ਹਾ ਜਿਹਾ ਪੇਸ਼ੈਂਸ ਜਿੰਨਾ ਆਪਾਂ ਬਣਾ ਕੇ ਚੱਲਾਂਗੇ ਉਨਾ ਹੀ ਨੁਕਸਾਨ ਤੋਂ ਬਚਿਆ ਜਾ ਸਕਦਾ। ਅੱਜ ਓਵਰਆਲ ਤੁਹਾਨੂੰ ਆਪਣੇ ਖਰਚਿਆਂ ਦੇ ਉੱਤੇ ਵੀ ਖਾਸ ਕੰਟਰੋਲ ਰੱਖਣ ਦੀ ਲੋੜ ਹੋਏਗੀ, ਕਿਤੇ ਨਾ ਕਿਤੇ ਪੈਸੇ ਦੇ ਨੁਕਸਾਨ ਵਾਲੀ ਸਥਿਤੀਆਂ ਵਾਰ ਵਾਰ ਇਸ਼ਾਰਾ ਕਰਦੀਆਂ ਨੇ। ਤੁਹਾਡੇ ਵਾਸਤੇ ਲੱਕੀ ਨੰਬਰ ਰਹੇਗਾ 18, ਲੱਕੀ ਕਲਰ ਰਹੇਗਾ ਔਰੰਜ। ਅਤੇ ਤੁਸੀਂ ਉਪਾਅ ਕੀ ਕਰਨਾ, ਕਿਸੇ ਵੀ ਧਰਮਸ਼ਾਲਾ 'ਚ ਜੇ 2 ਬੈੱਡਸ਼ੀਟਸ ਦਾ ਦਾਨ ਦਿੱਤਾ ਜਾਵੇ, ਯਾਦ ਰੱਖਣਾ ਹੈ ਕਿ ਇਹ 2 ਬੈੱਡਸ਼ੀਟ ਸਿੰਗਲ ਨਹੀਂ ਹੋਣੀਆਂ ਚਾਹੀਦੀਆਂ, ਡਬਲ ਹੋਣੀ ਚਾਹੀਦੀ ਹੈ। ਅਤੇ 2 ਡਬਲ ਬੈੱਡਸ਼ੀਟਸ ਦਾ ਜੇ ਤੁਸੀਂ ਦਾਨ ਦਿੰਦੇ ਹੋ ਤਾਂ ਦਿਨ ਚੰਗਾ ਰਹੇ। ਕੈਪਰੀਕੋਨ ਯਾਨੀ ਮਕਰ ਰਾਸ਼ੀ ਵਾਲਿਆਂ ਵਾਸਤੇ ਸਿਤਾਰੇ ਕਹਿੰਦੇ ਨੇ ਕਿ ਪ੍ਰੋਫੈਸ਼ਨਲੀ ਤੁਸੀਂ ਆਪਣਾ ਬੈਸਟ ਅੱਜ ਔਫਰ ਕਰ ਸਕਦੇ ਹੋ। ਦਿਨ ਓਵਰਆਲ ਵਰਕ ਪਲੇਸ ਦੇ ਉੱਤੇ ਆਫਿਸ ਵਿੱਚ ਅੱਜ ਵਧੀਆ ਨਜ਼ਰ ਆ ਰਿਹਾ, ਫੈਮਿਲੀ ਦਾ ਮਾਹੌਲ ਵੀ ਪੋਜ਼ਿਟਿਵ ਨਜ਼ਰ ਆ ਰਿਹਾ, ਅਤੇ ਇਸ ਕਰਕੇ ਉੱਥੋਂ ਕੋਈ ਸਟ੍ਰੈਸ ਨਹੀਂ ਆਉਂਦਾ ਹੋਇਆ ਨਜ਼ਰ ਆ ਰਿਹਾ। ਬਸ ਧਿਆਨ ਆਪਣੇ ਰਿਸ਼ਤੇਦਾਰਾਂ ਵੱਲ ਥੋੜ੍ਹਾ ਜਿਹਾ ਦੇਣਾ, ਜਿੱਥੇ ਕਿਸੇ ਵੀ ਤਰੀਕੇ ਦੀ ਬਹਿਸਬਾਜ਼ੀ ਤੋਂ ਬਚਣਾ ਹੈ, ਕਿਸੇ ਵੀ ਡਿਬੇਟ ਨੂੰ ਆਪਾਂ ਜਿਹੜਾ ਹੈ ਨਿਮੰਤਰਣ ਨਹੀਂ ਦੇਣਾ, ਇਨਵਾਈਟ ਨਹੀਂ ਕਰ ਲੈਣਾ ਅੱਜ। ਪ੍ਰੋਪਰਟੀ ਖਰੀਦਣ ਦਾ ਚੰਗਾ ਮੌਕਾ ਤੁਹਾਨੂੰ ਮਿਲ ਸਕਦਾ ਹੈ, ਹੋ ਸਕਦਾ ਹੈ ਕਿ ਬਹੁਤ ਹੀ ਕੋਈ ਜਿਹੜੀ ਹੈਗੀ ਹੈ ਉਹ ਘੱਟ ਦਾਮਾਂ ਦੇ ਉੱਤੇ ਤੁਹਾਨੂੰ ਵਧੀਆ ਪ੍ਰੋਪਰਟੀ ਜਿਹੜੀ ਹੈ ਮਿਲ ਜਾਵੇ, ਜਾਂ ਫਿਰ ਤੁਹਾਨੂੰ ਆਪਣੀ ਨੈਗੋਸੀਏਸ਼ਨ ਸਕਿੱਲਸ ਦਾ ਚੰਗਾ ਜਿਹੜਾ ਹੈ ਉਹਨਾਂ ਨੂੰ ਅਪਲਾਈ ਕਰਨ ਦਾ ਮੌਕਾ ਵੀ ਅੱਜ ਮਿਲ ਸਕਦਾ। ਤੁਹਾਡੇ ਵਾਸਤੇ ਲੱਕੀ ਨੰਬਰ ਰਹੇਗਾ 22, ਲੱਕੀ ਕਲਰ ਰਹੇਗਾ ਬਰਾਊਨ। ਅਤੇ ਤੁਸੀਂ ਉਪਾਅ ਕੀ ਕਰਨਾ,
ਅੱਜ ਸਪੈਸ਼ਲੀ ਘਰੋਂ ਜਾ ਕੇ ਘਰੋਂ ਜਿਹੜਾ ਹੈ ਨੰਗੇ ਪੈਰ ਜਾਣਾ ਹੈ ਅਤੇ ਨਿਸ਼ਾਨ ਸਾਹਿਬ 'ਤੇ ਸਪੈਸ਼ਲੀ ਜਾ ਕੇ ਮੱਥਾ ਟੇਕ ਜਾਣਾ। ਐਕੁਏਰੀਅਸ ਯਾਨੀ ਕੁੰਭ ਰਾਸ਼ੀ ਵਾਲਿਆਂ ਵਾਸਤੇ ਅੱਜ ਰੀਅਲ ਐਸਟੇਟ ਸੈਕਟਰ ਤੋਂ ਗੁੱਡ ਨਿਊਜ਼ ਆ ਸਕਦੀ ਹੈ। ਕੁਛ ਵੇਚਣਾ ਚਾਹ ਰਹੇ ਸੀ ਤਾਂ ਚੰਗੇ ਦਾਮ 'ਤੇ ਵਿਕ ਸਕਦਾ ਹੈ, ਕੁਛ ਖਰੀਦਣਾ ਚਾਹ ਰਹੇ ਸੀ ਅਤੇ ਤਾਂ ਤੁਹਾਨੂੰ ਚੰਗੀ ਔਫਰਸ ਮਿਲ ਸਕਦੀਆਂ ਨੇ। ਅੱਜ ਤੁਹਾਨੂੰ ਆਪਣੇ ਕਿਸੇ ਕੋਵਰਕਰ ਨੂੰ ਯਾਨੀ ਕਿ ਜਿਹੜੇ ਲੋਕ ਤੁਹਾਡੇ ਨਾਲ ਕੰਮ ਕਰਦੇ ਨੇ, ਤੁਹਾਡੀ ਟੀਮ ਮੈਂਬਰਸ ਨੇ, ਤੁਹਾਡੇ ਕਲੀਗਸ ਨੇ, ਉਹਨਾਂ ਨੂੰ ਮੋਟੀਵੇਟ ਕਰਨ ਦਾ ਮੌਕਾ ਮਿਲ ਸਕਦਾ ਹੈ, ਜਿਹਦੇ ਨਾਲ ਓਵਰਆਲ ਵਰਕ ਵਾਈਜ਼ ਪ੍ਰੋਡਕਟੀਵਿਟੀ ਪੂਰੀ ਟੀਮ ਦੀ ਜਿਹੜੀ ਹੈ ਇੰਪਰੂਵ ਹੋ ਸਕਦੀ ਹੈ। ਕਿਸੇ ਨੂੰ ਪਸੰਦ ਕਰਦੇ ਹੋ ਅਤੇ ਆਪਣੇ ਦਿਲ ਦੀ ਗੱਲ ਉਹਨਾਂ ਨਾਲ ਸ਼ੇਅਰ ਕਰ ਸਕਦੇ ਹੋ, ਲਵ ਫਰੈਂਡ ਵਾਸਤੇ ਸਿਤਾਰੇ ਕਾਫੀ ਪੋਜ਼ਿਟਿਵ ਨੇ। ਤੁਹਾਡੇ ਵਾਸਤੇ ਅੱਜ ਲੱਕੀ ਨੰਬਰ ਰਹੇਗਾ 4, ਲੱਕੀ ਕਲਰ ਰਹੇਗਾ ਬਲੂ, ਅਤੇ ਤੁਸੀਂ ਉਪਾਅ ਕੀ ਕਰਨਾ ਹੈ ਅੱਜ? ਮਹਾਮ੍ਰਿਤਯੁੰਜੈ ਮੰਤਰ ਦਾ ਜਾਪ ਕਰਨਾ ਤੁਹਾਡੇ ਵਾਸਤੇ ਰਹੇਗਾ ਸਭ ਤੋਂ ਸ਼ੁਭ। ਹੁਣ ਗੱਲ ਕਰਾਂਗੇ ਆਖਰੀ ਰਾਸ਼ੀ ਪਾਈਸਿਸ ਯਾਨੀ ਕਿ ਮੀਨ ਦੀ। ਸਭ ਤੋਂ ਪਹਿਲਾਂ ਤੁਹਾਡੇ ਪ੍ਰੋਫੈਸ਼ਨਲ ਫਰੰਟ ਵੱਲ, ਜਿੱਥੇ ਕਿ ਕਿਸੇ ਵੀ ਸ਼ਖਸ ਨਾਲ ਜਾਂ ਕਿਸੇ ਵੀ ਕਲੀਗ ਨਾਲ ਤੁਹਾਨੂੰ ਫਾਲਤੂ ਦੀ ਬਹਿਸਬਾਜ਼ੀ ਤੋਂ ਬਚਣਾ ਚਾਹੀਦਾ। ਜੇ ਕੋਈ ਤੁਹਾਡੇ ਪੁਆਇੰਟ ਆਫ ਵਿਊ ਤੋਂ ਅੱਜ ਅਗਰੀ ਨਹੀਂ ਕਰ ਰਿਹਾ ਤੇ ਅੱਜ ਆਪਾਂ ਉਸੇ ਨਾਲ ਅਗਰੀ ਕਰਾ ਕੇ ਆਪਣਾ ਇਹ ਏਜੰਡਾ ਮਿਸ਼ਨ ਜਿਹੜਾ ਹੈ ਉਹ ਨਹੀਂ ਹੋਣਾ ਚਾਹੀਦਾ। ਬੱਚਿਆਂ ਦੀ ਵਜ੍ਹਾ ਤੋਂ ਜਾਂ ਬੱਚਿਆਂ ਦੀ ਤਰਫ ਤੋਂ ਤੁਹਾਨੂੰ ਕੋਈ ਕੋਈ ਖੁਸ਼ਖਬਰੀ ਸੁਣਨ ਨੂੰ ਮਿਲ ਸਕਦੀ ਹੈ। ਕੋਈ ਵਕੇਸ਼ਨ ਪਲਾਨ ਕੀਤੀ ਸੀ, ਕੋਈ ਹੋਲੀਡੇ ਪਲਾਨ ਕਰ ਰਹੇ ਹੋ ਤੇ ਉਹ ਸਕਸੈਸਫੁਲ ਰਹੇਗਾ। ਪ੍ਰੋਪਰਟੀ ਜਿਹੜਾ ਹੈ ਖਰੀਦਣ ਜਾਂ ਵੇਚਣ 'ਚ ਫਾਇਦਾ ਜਿਹੜਾ ਹੈ ਨਜ਼ਰ ਆਉਂਦਾ ਹੈ, ਖਾਸ ਕਰ ਜਿਹੜੇ ਲੋਕ ਪ੍ਰੋਪਰਟੀ ਮਾਰਕੀਟ 'ਚ ਕੰਮ ਕਰਦੇ ਨੇ ਜਾਂ ਰੀਅਲ ਇਸਟੇਟ ਏਜੰਟਸ ਨੇ। ਅੱਜ ਦਾ ਦਿਨ ਤੁਹਾਡੇ ਵਾਸਤੇ ਕਾਫੀ ਰਿਜ਼ਲਟ ਓਰੀਐਂਟਡ ਅਤੇ ਸਿਗਨੀਫਿਕੈਂਟ ਸਾਬਿਤ ਹੋਏਗਾ। ਅੱਜ ਤੁਹਾਡੇ ਵਾਸਤੇ ਲੱਕੀ ਨੰਬਰ ਰਹੇਗਾ 3, ਲੱਕੀ ਕਲਰ ਰਹੇਗਾ ਕ੍ਰੀਮ, ਅਤੇ ਤੁਸੀਂ ਉਪਾਅ ਕੀ ਕਰਨਾ? ਕਿਸੇ ਵੀ ਜ਼ਰੂਰਤਮੰਦ ਨੂੰ ਜੇ ਅੱਜ ਲਾਲ ਰੰਗ ਦੇ ਕੱਪੜੇ ਦਾ ਦਾਨ ਦਿੱਤਾ ਜਾਵੇ ਤਾਂ ਦਿਨ ਕਾਫੀ ਸ਼ੁਭ ਰਹੇਗਾ। ਹੁਣ ਸਮਾਂ ਹੋ ਚੱਲਿਆ ਤੁਹਾਡੇ ਕੋਲ ਇਜਾਜ਼ਤ ਲੈਣ ਦਾ, ਪਰ ਇਸ ਵਾਅਦੇ ਨਾਲ ਕਿ ਕੱਲ੍ਹ ਫਿਰ ਮੁਲਾਕਾਤ ਹੋਏਗੀ, ਫਿਰ ਗੱਲ ਕਰਾਂਗੇ ਆਪਾਂ ਦਿਨ ਦੇ ਰਾਸ਼ੀਫਲ ਦੇ ਪੰਚਾਂਗ ਦੀ। ਉਦਾਂ ਹੀ ਮੈਨੂੰ ਯਾਨੀ ਐਸਟ੍ਰੋਲੋਜਰ ਮਨੀਸ਼ਾ ਕੌਸ਼ਿਕ ਨੂੰ ਦਿਓ ਇਜਾਜ਼ਤ। ਨਮਸਕਾਰ, ਸਤਿ ਸ਼੍ਰੀ ਅਕਾਲ।